ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਵਾਲੇਕਮ। ਲਓ ਜੀ ਸੱਜਣੋ ਅਤੇ ਬੇਲੀਓ ਅਤੇ ਮਿੱਤਰੋ, ਅਸੀਂ ਬੈਂਕਾਕ ਤੋਂ ਫੁਕਟ ਸ਼ਹਿਰ ਪਹੁੰਚ ਗਏ ਹਾਂ। ਬੱਸ ਅੱਡੇ 'ਚ ਉਤਰ ਗਏ ਹਾਂ ਅਤੇ ਅਸੀਂ ਇੱਥੋਂ ਜਨਾਬ ਉਤਰਦੇ ਹਾਂ ਜੀ, ਆਪਣੀ ਰਾਈਡ ਬੁੱਕ ਕਰਾਈਏ ਅਤੇ ਅਸੀਂ ਬਹਿ ਗਏ ਹਾਂ ਗੱਡੀ ਦੇ ਵਿੱਚ। ਅਤੇ ਗੱਡੀ 'ਚੋਂ ਅਸੀਂ ਹੁਣ ਅੱਗੇ ਜਾ ਰਹੇ ਹਾਂ ਪਤੌਂਗ ਬੀਚ, ਸਾਡੀ ਮੰਜ਼ਿਲ ਹੈ। ਅਸੀਂ ਪਤੌਂਗ ਬੀਚ ਜਾਂਦਿਆਂ ਤੁਹਾਨੂੰ ਰਸਤੇ ਦਾ ਸਾਰਾ ਵਿਜ਼ਿਟ ਕਰਾਵਾਂਗੇ, ਸਾਰਾ ਵਿਊ ਕਰਾਵਾਂਗੇ। ਤੁਸੀਂ ਰਸਤੇ ਦੇ ਵਿੱਚ ਤੁਹਾਨੂੰ ਟ੍ਰੈਫਿਕ ਦਾ ਨਿਜ਼ਾਮ ਦਿਖਾਵਾਂਗੇ, ਤੁਹਾਨੂੰ ਆਸ ਪਾਸ ਦਾ ਜਿਹੜਾ ਦੁਕਾਨਾਂ ਦਾ ਜਾਂ ਰਿਹਾਇਸ਼ੀਆਂ ਦਾ ਜਿਹੜਾ ਸਿਸਟਮ ਹੈ, ਕਮਰਸ਼ਲ ਸਿਸਟਮ ਹੈ, ਉਹ ਤੁਹਾਨੂੰ ਵਿਊ ਕਰਵਾਵਾਂਗੇ। ਅਤੇ ਤੁਸੀਂ ਸਾਨੂੰ ਵੇਖਦਿਆਂ ਰਹਿਣਾ। ਇਹ ਵੇਖੋ ਤੁਹਾਡੇ ਉੱਪਰ, ਯਾਨੀ ਕਿ ਇਹਦੇ ਉੱਪਰ ਜਿਹੜਾ ਵੇ ਉਹ ਤਾਰ ਦਾ ਜਿਹੜਾ ਸਿਸਟਮ ਹੈ, ਇਲੈਕਟ੍ਰਿਕ ਦਾ ਜਿਹੜਾ ਸਿਸਟਮ ਹੈ ਜੀ, ਉਹ ਸਾਰਾ ਓਪਨ ਹੈ। ਤਾਰਾਂ ਲਮਕ ਰਹੀਆਂ ਨੇ, ਤਾਰਾਂ ਜਨਾਬੇ ਵਾਲੀ ਖੰਭਿਆਂ ਨਾਲ ਲੱਗੀਆਂ ਨੇ, ਠੀਕ ਹੈ। ਇਸ ਤਰ੍ਹਾਂ ਜਿਵੇਂ ਸਾਡੇ ਵੀ ਇੱਥੇ ਕਦੀ ਲੱਗੀਆਂ ਹੁੰਦੀਆਂ ਸਨ, ਤਾਂ ਯਕੀਨਨ ਹੁਣ ਵੀ ਕਈ ਜਗ੍ਹਾ 'ਤੇ ਬਹੁਤ ਜ਼ਿਆਦਾ ਸਿਸਟਮ ਇਸ ਤਰ੍ਹਾਂ ਦਾ ਹੈ ਵੇ। ਅਤੇ ਇਹ ਵੇਖੋ ਜੀ, ਤੁਸੀਂ ਪਹਾੜ ਤੁਹਾਨੂੰ ਨਜ਼ਰ ਆ ਰਹੇ ਨੇ ਇੱਥੋਂ, ਸਾਨੂੰ ਜਾਂਦੇ ਹਾਂ ਬਿਲਕੁਲ ਫੀਲਿੰਗ ਜਿਹੜੀ ਹੈ ਉਹ ਮਰੀ ਸਵਾਦ ਕਲਾਮ ਜੈਸੀ ਫੀਲਿੰਗ ਆ ਰਹੀ ਹੈ, ਠੀਕ ਹੈ। ਅਤੇ ਇਸ ਤਰ੍ਹਾਂ ਦਾ ਹੀ ਜਿਹੜਾ ਨਾ ਉਹ ਮਾਹੌਲ ਹੈ, ਮਾਹੌਲ ਬੜਾ ਠੰਡਾ। ਵੈਦਰ ਤੁਸੀਂ ਚੈੱਕ ਕਰੋ, ਤੁਹਾਨੂੰ ਵੀਡੀਓ 'ਚ ਤੁਸੀਂ ਮਹਿਸੂਸ ਕਰਦੇ ਹੋ। ਇਹ ਵੇਖੋ ਰੇਨਿੰਗ ਹੋਈ ਹੈ, ਬਾਰਿਸ਼ ਹੋਈ ਹੈ, ਠੀਕ ਹੈ। ਕਣੀਆਂ ਡਿੱਗੀਆਂ ਨੇ, ਠੀਕ ਹੋ ਗਿਆ। ਅਤੇ ਇਹ ਵੇਖੋ ਤੁਸੀਂ ਮਾਹੌਲ ਬੜਾ ਹੀ ਅੱਛਾ ਲੱਗ ਰਿਹਾ, ਸਾਫ਼ ਸੁਥਰਾ। ਐਗ ਮੇਰੇ ਅੱਗੇ ਵੇਖੋ ਤੁਸੀਂ, ਡਰਾਈਵਰ ਜਾ ਰਿਹਾ ਬਾਈਕ 'ਤੇ, ਹੈਲਮਟ ਪਹਿਨਿਆ ਹੋਇਆ। ਇੱਥੇ ਹੈਲਮਟ ਸਭ ਤੋਂ ਪਹਿਲੇ ਜ਼ਰੂਰੀ ਹੈ। ਗੱਡੀ ਤੁਹਾਡੇ ਕੋਲ, ਬਾਈਕ ਹੋਵੇ ਨਾ ਹੋਵੇ, ਤੁਹਾਡੇ ਕੋਲ ਹੈਲਮਟ ਸਭ ਤੋਂ ਪਹਿਲੇ। ਇਹ ਸਿਰਫ ਔਰ ਸਿਰਫ ਤੁਸੀਂ ਕਹਿ ਲਓ ਕਿ ਇੱਥੇ ਸਿਰਫ ਗੱਡੀ ਦਾ ਹੀ ਨਹੀਂ, ਠੀਕ ਹੈ, ਇਹ ਬਾਈਕ ਦਾ ਹੀ ਨਹੀਂ, ਬਾਈਕ ਦੇ ਚਲਾਉਣ ਵਾਲੇ ਦਾ ਹੀ ਨਹੀਂ, ਬਲਕਿ ਬਾਈਕ ਦੇ ਪਿੱਛੇ ਬਹਿਣ ਵਾਲੇ ਬੰਦੇ ਦਾ ਵੀ ਹੈਲਮਟ ਹੋਣਾ ਜ਼ਰੂਰੀ ਹੈ, ਠੀਕ ਹੈ। ਅਤੇ ਇੱਥੇ ਤੁਹਾਨੂੰ ਅਸੀਂ ਸਾਰਾ ਵਿਜ਼ਿਟ ਕਰਾਵਾਂਗੇ, ਸਾਰਾ ਵਿਊ ਕਰਵਾਵਾਂਗੇ। ਤੁਸੀਂ ਇਹ ਵੇਖੋ ਕਿੱਡਾ ਜ਼ਬਰਦਸਤ ਜਿਹੜਾ ਨਾ ਜੀ ਉਹ ਮਾਹੌਲ ਆ ਗਿਆ, ਕਿੱਡਾ ਜ਼ਬਰਦਸਤ ਜਨਾਬ। ਸੱਜੇ ਖੱਬੇ ਸਾਡੇ ਗ੍ਰੀਨ ਹੀ ਗ੍ਰੀਨ ਹੈ, ਗ੍ਰੀਨ ਹੀ ਗ੍ਰੀਨ ਬੈਲਟ ਨੇ, ਅਤੇ ਦਰਖਤ ਲੱਗੇ ਨੇ ਬੜੇ ਬੜੇ ਜ਼ਬਰਦਸਤ। ਅਤੇ ਇਹ ਵੇਖੋ ਅਸੀਂ ਤੁਹਾਨੂੰ ਅੱਗੇ ਤੋੜ ਤੱਕ ਲੈ ਕੇ ਜਾਵਾਂਗੇ, ਆਪਣਾ ਪਤੌਂਗ ਬੀਚ ਤੱਕ। ਤੁਸੀਂ ਸਾਹਮਣੇ ਪਹਾੜ ਵੇਖ ਸਕਦੇ ਹੋ, ਜਿਵੇਂ ਅਸੀਂ ਇਸਲਾਮਾਬਾਦ ਇੰਟਰ ਹੁੰਦੇ ਹਾਂ ਜਾਂ ਪਿੰਡੀ ਵਾਲੀ ਸਾਈਡ 'ਤੇ ਇੰਟਰ ਹੁੰਦੇ ਹਾਂ, ਅਤੇ ਸਾਨੂੰ ਜਨਾਬੇ ਵਾਲੀ ਅੱਗੋਂ ਪਹਾੜ ਦਿਸਦੇ ਨੇ, ਜਾਂ ਕਸ਼ਮੀਰ ਵੱਲ ਜਾਂਦੇ ਹਾਂ ਜਾਂ ਕਿਸੇ ਵੀ ਜਗ੍ਹਾ 'ਤੇ ਜਾਂਦੇ ਹਾਂ। ਅਤੇ ਇਸ ਤਰ੍ਹਾਂ ਦੀ ਸਾਨੂੰ ਜਿਹੜੀ ਹੈ ਨਾ ਫੀਲਿੰਗ ਮਹਿਸੂਸ ਹੁੰਦੀ ਹੈ ਕਿ ਯਾਰ ਅਸੀਂ ਕਿਸੇ ਨਾ ਅੱਛੇ ਏਰੀਏ 'ਚ ਆ ਗਏ ਹਾਂ, ਕਿਸੇ ਠੰਡੇ ਏਰੀਏ 'ਚ ਆ ਗਏ ਹਾਂ, ਕਿਸੇ ਖੂਬਸੂਰਤ ਜਗ੍ਹਾ 'ਤੇ ਆ ਗਏ ਹਾਂ। ਅਤੇ ਬਿਲਕੁਲ ਮੈਨੂੰ ਵੀ ਇੱਥੇ ਬੈਠੇ ਹਾਂ ਇਸ ਟਾਈਮ ਉਹ ਹੀ ਫੀਲਿੰਗ ਆ ਰਹੀ ਹੈ, ਮੈਂ ਉਹ ਹੀ ਚੀਜ਼ਾਂ ਮਹਿਸੂਸ ਕਰ ਰਿਹਾ ਵਾਂ ਜਿਹੜੀਆਂ ਅਸੀਂ ਉੱਥੇ ਆਪਣੇ ਆਪਣੇ ਠੰਡਿਆਂ ਇਲਾਕਿਆਂ 'ਚ ਜਾਂ ਵਿਜ਼ਟਰ ਇਲਾਕਿਆਂ ਦੇ ਵਿੱਚ ਜਾਂਦੇ ਹਾਂ ਕਰਨੇ ਆ, ਠੀਕ ਹੋ ਗਿਆ। ਅਤੇ ਬਾਕੀ ਮੈਂ ਤੁਹਾਨੂੰ ਪ੍ਰੋਪਰ ਸਾਰਾ ਜਿਹੜਾ ਨਾ ਇਹਦਾ ਸੱਜੇ ਖੱਬੇ ਜਾਂਦੇ ਹਾਂ ਸਾਰਾ ਵਿਜ਼ਿਟ ਕਰਾਵਾਂਗਾ, ਠੀਕ ਹੈ। ਇਹ ਪਿੱਛੇ ਸਾਡੇ ਪੰਪ ਲੰਘੇ ਆ, ਪੈਟਰੋਲ ਪੰਪ, ਠੀਕ ਹੋ ਗਿਆ। ਅਤੇ ਇਹ ਗੱਡੀਆਂ ਦਾ ਟ੍ਰੈਫਿਕ ਦਾ ਨਿਜ਼ਾਮ ਬੜਾ ਜ਼ਬਰਦਸਤ ਹੈ ਜੀ, ਮੈਂ ਖੁਦ ਇੱਥੇ ਡਰਾਈਵ ਕੀਤੀ ਹੈ, ਯਕੀਨ ਮੰਨਿਆ ਜੇ ਕਿ ਐਡਾ ਜ਼ਬਰਦਸਤ ਡਰਾਈਵਿੰਗ ਦਾ ਨਿਜ਼ਾਮ ਹੈ, ਟ੍ਰੈਫਿਕ ਦਾ ਨਿਜ਼ਾਮ ਹੈ, ਕਿ ਮੈਂ ਖੁਦ ਯਕੀਨ ਹੀ ਨਹੀਂ ਕਰਦਾ ਕਿ ਜਨਾਬੇ ਵਾਲੀ ਜਿਹੜਾ ਨਾ ਇੱਥੇ ਐਕਸੀਡੈਂਟ ਦਾ ਕੋਈ ਖਤਰਾ ਹੋ ਸਕਦਾ। ਇਹ ਸਾਡੇ ਪਿੱਛੇ ਸ਼ੈਲ ਦਾ ਪੰਪ ਲੰਘਿਆ, ਇਹ ਤੁਸੀਂ ਦੇਖਿਆ ਸੇਮ ਜਿਵੇਂ ਸਾਡੇ ਸ਼ਹਿਰ ਜਾਂ ਸਾਡੇ ਮੁਲਕ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਪੰਪ ਨੇ, ਉਹ ਸੇਮ ਉਹ ਹੀ ਸਿਸਟਮ ਹੈ। ਅਤੇ ਇਹ ਵੇਖੋ ਜੀ ਸਾਹਮਣੇ ਸਾਡੇ ਕਿੱਡਾ ਖੂਬਸੂਰਤ ਮੰਜ਼ਰ ਹੈ, ਸਾਹਮਣੇ ਪਹਾੜ ਆ ਗਿਆ ਜੀ, ਠੀਕ ਹੈ। ਅਤੇ ਮੌਸਮ ਬੜਾ ਜ਼ਬਰਦਸਤ ਜੇ, ਯਕੀਨ ਮੰਨੋ ਬੜਾ ਹੀ ਜਿਹੜਾ ਨਾ ਇਹ ਸਕੂਨ ਆ ਰਿਹਾ। ਹਾਲਾਂਕਿ ਗੱਡੀ 'ਚ ਬੈਠੇ ਹਾਂ, ਗੱਡੀ 'ਚ ਤਾਂ ਉਹਨਾਂ ਨੇ ਸ਼ੀਸ਼ੇ ਬੰਦ ਕੀਤੇ ਨੇ ਅਤੇ ਏਸੀ ਚੱਲੇ ਆ, ਲੇਕਿਨ ਸ਼ੀਸ਼ੇ ਥੱਲੇ ਵੀ ਕੀਤੇ ਜਾਣ ਅਤੇ ਯਕੀਨ ਬਣਿਆ ਜੇ ਬੜਾ ਜਿਹੜਾ ਨਾ ਮੌਸਮ ਦਾ ਮਜ਼ਾ ਆਏ। ਅਤੇ ਅੱਗੇ ਅਸੀਂ ਜਨਾਬੇ ਵਾਲੀ, ਅਸੀਂ ਤਕਰੀਬਨ ਪਤੌਂਗ ਸਿਟੀ ਦੇ ਨਜ਼ਦੀਕ ਆ ਗਏ ਹਾਂ, ਅਤੇ ਅਸੀਂ ਜਿਵੇਂ ਹੀ ਪਤੌਂਗ ਸਿਟੀ ਦੇ ਅੰਦਰ ਇੰਟਰ ਹੁੰਦੇ ਹਾਂ ਅਤੇ ਉਹਦੇ ਥੋੜ੍ਹਾ
ਥੋੜ੍ਹੀ ਦੂਰ ਹੀ ਜਿਹੜਾ ਨਾ ਉਹ ਪਤੋਂਗ ਬੀਚ ਆ ਜਾਂਦੀ ਹੈ ਅਤੇ ਪਤੋਂਗ ਬੀਚ ਦਾ ਬਹੁਤ ਖੂਬਸੂਰਤ ਮੰਜ਼ਰ ਹੈ, ਬਹੁਤ ਖੂਬਸੂਰਤ ਵਿਊ ਹੈ ਉੱਥੇ ਜੀ। ਸਾਨੂੰ ਵਾਟਰ ਬਾਈਕ ਮਿਲਦੀ ਹੈ ਚਲਾਉਣ ਵਾਸਤੇ, ਸਾਨੂੰ ਪੈਰਾਸ਼ੂਟ ਮਿਲਦਾ ਜਨਾਬੇ ਵਾਲੀ ਹਵਾ 'ਚ ਉੱਡਣ ਵਾਸਤੇ, ਅਤੇ ਸਾਨੂੰ ਜਨਾਬੇ ਵਾਲੀ ਬੀਚ ਦੀ ਸੈਰ, ਲੰਬੀ ਲੰਬੀ ਸੈਰ, ਦੋ ਦੋ ਚਾਰ ਚਾਰ ਘੰਟੇ ਦੀ ਸੈਰ ਜਿਹੜੀ ਹੈ ਉਹਦੇ ਵਾਸਤੇ ਸਾਨੂੰ ਕਰੂਜ਼ ਦਾ ਜਿਹੜਾ ਨਾ ਉਹ ਪੈਕੇਜ ਮਿਲਦਾ। ਇਹ ਦੇਖੋ ਪਤੋਂਗ ਸਿਟੀ, ਠੀਕ ਹੈ ਜੀ, ਇਹ ਅਸੀਂ ਪਤੋਂਗ ਸਿਟੀ 'ਚ ਇੰਟਰ ਹੋ ਗਏ ਹਾਂ ਅਤੇ ਪਤੋਂਗ ਸਿਟੀ ਤੋਂ ਅਸੀਂ ਜਾ ਰਹੇ ਹਾਂ ਜੀ ਅੱਗੇ ਆਪਣਾ ਜਿਹੜਾ ਨਾ ਪਤੋਂਗ ਬੀਚ ਦੀ ਤਰਫ। ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਵਾਂ ਅਤੇ ਇਹ ਤੁਸੀਂ ਸਾਈਡ 'ਤੇ ਕਾਰਡ ਦੇਖ ਰਹੇ ਹੋ ਡਰਾਈਵਰ ਸਾਹਿਬ ਦਾ ਲੱਗਾ ਗੱਡੀ ਦੇ ਵਿੱਚ, ਇਹ ਜੀ ਡਰਾਈਵਰ ਦੀ ਸ਼ਨਾਖਤ ਹੁੰਦੀ ਹੈ, ਮੁਕੰਮਲ ਡਿਟੇਲ ਹੁੰਦੀ ਹੈ। ਤੁਸੀਂ ਵੀ ਜਦੋਂ ਗੱਡੀ 'ਚ ਬਵੋ ਤੁਸੀਂ ਬੇਸ਼ੱਕ ਇਹਦਾ, ਅਗਰ ਤੁਸੀਂ ਡਾਊਟਫੁੱਲ ਹੁੰਦੇ ਹੋ ਅਤੇ ਤੁਸੀਂ ਇਹਦਾ ਤਸਵੀਰ ਬਣਾਓ, ਤਸਵੀਰ ਬਣਾ ਕੇ ਅੱਗੇ ਕਿਸੇ ਨੂੰ ਸੈਂਡ ਕਰ ਦਿਓ। ਲੇਕਿਨ ਤੁਹਾਨੂੰ ਇਹਨਾਂ ਚੀਜ਼ਾਂ ਦੀ ਟੈਨਸ਼ਨ ਲੈਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਜੇ, ਯਕੀਨ ਮੰਨੋ ਇਹ ਮੁਲਕ ਬੜਾ ਹੀ ਸਿਕਿਓਰ ਜੇ, ਬੜਾ ਹੀ ਸੇਫ ਜੇ, ਬੜਾ ਹੀ ਮਹਿਮਾਨ ਨਵਾਜ਼ ਜੇ, ਬੜਾ ਮੁਹੱਬਤ ਕਰਨ ਵਾਲਾ ਜੇ, ਠੀਕ ਹੈ। ਇਹਦੇ ਅੰਦਰ ਮੈਂ ਮੇਰੇ ਨਾਲ ਬੈਂਕਾਕ ਦੇ ਵਿੱਚ ਏਡੀਆਂ ਏਡੀਆਂ ਮੁਹੱਬਤਾਂ ਦੇ ਕੰਮ ਹੋਏ ਨੇ ਕਿ ਖਾਣਾ ਖਾਣ ਜਾਣਾ ਜਾਂ ਕਿਤੇ ਵੈਸੇ ਜਾਣਾ ਅਤੇ ਲੋਕਾਂ ਨੇ ਬੜੀ ਜਿਹੜੀ ਹੈ ਨਾ ਸਾਡੇ ਨਾਲ ਚੀਜ਼ ਖਰੀਦਿਆ ਆਇਆ, ਬੜੀ ਮੁਹੱਬਤ ਕਰਨੀ, ਬੜੀ ਚਾਹਤ ਕਰਨੀ, ਅਤੇ ਉਹਨਾਂ ਨਾਲ ਤੁਸੀਂ ਘੱਟ ਵੀ ਰੇਟ ਲਾ ਦੋਗੇ ਤਾਂ ਕੋਈ ਟੈਨਸ਼ਨ ਨਹੀਂ, ਉਹਨਾਂ ਖੁਸ਼ ਹੋ ਗਏ ਤੁਹਾਨੂੰ ਮਿਲਣਾ, ਠੀਕ ਹੋ ਗਿਆ। ਅਤੇ ਬਾਕੀ ਆ ਤੁਸੀਂ ਸੜਕਾਂ ਚੈੱਕ ਕਰ ਰਹੇ ਹੋ ਜੀ ਆਪਣਾ ਜਿਹੜਾ ਨਾ ਸਾਨੂੰ ਉਹ ਹੀ ਮਾਹੌਲ ਮਿਲ ਰਿਹਾ, ਘੁੰਮ ਰਹੇ ਹਾਂ ਇੰਜ ਜਨਾਬ, ਘੁੰਮ ਕੇ ਇੱਧਰੋਂ ਇੱਧਰ ਘੁੰਮ ਰਹੇ ਹਾਂ, ਅੱਗੋਂ ਕਦੀ ਅਸੀਂ ਥੱਲੇ ਜਾ ਰਹੇ ਹਾਂ ਅਤੇ ਕਦੀ ਉੱਤੇ ਜਾ ਰਹੇ ਹਾਂ, ਠੀਕ ਹੋ ਗਿਆ। ਅਤੇ ਇਹ ਵੇਖੋ ਹੁਣ ਫਿਰ ਅਸੀਂ ਥੱਲੇ ਜਾ ਰਹੇ ਹਾਂ ਅਤੇ ਡੀਪਲੀ ਜਦੋਂ ਅਸੀਂ ਜਾਂਦੇ ਹਾਂ ਜੀ ਉਦੋਂ ਵੀ ਅਸੀਂ ਆਪਣਾ ਫੀਲ ਕਰਦੇ ਹਾਂ ਬੜਾ ਅੱਛਾ, ਠੀਕ ਹੈ। ਅਤੇ ਇਹ ਅਸੀਂ ਤਕਰੀਬਨ ਜਿਹੜਾ ਵੇ ਨਾ ਅਸੀਂ ਹੁਣ ਬੀਚ ਦੇ ਲਗਭਗ ਆ ਗਏ ਹਾਂ ਅਤੇ ਜਲਦੀ ਤੁਹਾਨੂੰ ਅਸੀਂ ਬੀਚ ਪਾਉਂਦੇ ਹਾਂ। ਇਹ ਤੁਸੀਂ ਮੇਰੇ ਖੱਬੇ ਸਾਈਡ 'ਤੇ ਦੇਖ ਰਹੇ ਹੋ ਜਨਾਬੇ ਵਾਲੀ, ਇਹ ਇਹਨਾਂ ਦੀ ਇਬਾਦਤਗਾਹ ਦੀ ਜਗ੍ਹਾ ਹੈ, ਇਹ ਇੱਥੇ ਇਬਾਦਤ ਕਰਦੇ ਨੇ। ਇਹ ਲਓ ਜੀ ਅਸੀਂ ਪਤੋਂਗ ਬੀਚ 'ਤੇ ਪਹੁੰਚ ਗਏ ਹਾਂ, ਠੀਕ ਹੈ। ਇੰਤਜ਼ਾਰ ਨਾ ਕਰਦੇ ਹਾਂ ਵੀ ਜਨਾਬੇ ਵਾਲੀ, ਅਸੀਂ ਤੁਹਾਨੂੰ ਤੁਹਾਡੀ ਮਿਹਰਬਾਨੀ ਜਿਹੜੇ ਸਾਨੂੰ ਇੱਥੋਂ ਤੱਕ ਵੇਖ ਰਹੇ ਨੇ, ਅਤੇ ਗੁਜ਼ਾਰਿਸ਼ ਵੀ ਉਹਨਾਂ ਨੂੰ ਕਿ ਉਹ ਸਾਡੇ ਚੈਨਲ ਨੂੰ ਲਾਈਕ ਕਰ ਦੇਣ, ਸਬਸਕ੍ਰਾਈਬ ਕਰ ਦੇਣ ਅਤੇ ਸ਼ੇਅਰ ਕਰਨਾ ਨਾ ਭੁੱਲਣ, ਠੀਕ ਹੈ। ਆਪੀ ਵੀ ਵੇਖਣ ਅਤੇ ਆਪਣੇ ਦੋਸਤਾਂ ਨੂੰ ਵੀ ਵਹਾਉਣ ਅਤੇ ਇਹ ਵੀਡੀਓ ਸਾਡੀ ਵੇਂਦੇ ਰਿਹਾ ਕਰੋ, ਤੁਹਾਨੂੰ ਬੜੀ ਬੜੀ ਅੱਛੀ ਇਨਫੋਰਮੇਸ਼ਨ ਮਿਲੇਗੀ। ਅਸੀਂ ਮੁਲਕਾਂ 'ਚ ਘੁੰਮਣੇ ਹਾਂ ਅਤੇ ਸ਼ਹਿਰਾਂ 'ਚ ਘੁੰਮਣੇ ਹਾਂ, ਤੁਹਾਨੂੰ ਸਾਰੇ ਵਿਜ਼ਿਟ ਕਰਾਵਾਂਗੇ। ਲਓ ਜੀ ਅਸੀਂ ਆਪਣਾ ਗੱਡੀ 'ਚੋਂ ਉਤਰ ਗਏ ਹਾਂ, ਸਾਡਾ ਸਟਾਪ ਆ ਗਿਆ, ਸਾਨੂੰ ਡਰਾਈਵਰ ਸਾਹਿਬ ਨੇ ਕਿਹਾ ਜੀ ਆ ਜਾਵੋ। ਇਹ ਵੇਖੋ ਜੀ ਇਹ ਸ਼ਹਿਰੀ ਹੈ ਇੱਥੋਂ ਦਾ, ਠੀਕ ਹੈ, ਥਾਈਲੈਂਡ ਦਾ। ਉਹਨੇ ਇੱਥੇ ਵੇਖਿਆ ਗੁਜ਼ਰਦੇ ਆਇਆ ਕਿ ਪਾਣੀ ਖੜਾ, ਉਹਨੇ ਗੱਡੀ ਆਪਣੀ ਨੂੰ ਖਿਲਾ ਰਿਹਾ, ਖੜਾ ਕਰਕੇ ਉਹ ਨੀਚੇ ਉਤਰਿਆ, ਉਹਨੇ ਸਾਈਡ ਤੋਂ ਇੱਥੇ ਝਾੜੂ ਵਗੈਰਾ ਪਿਆ ਸੀ ਉਹਨੇ ਉਹ ਜਨਾਬ ਲਿਆ ਅਤੇ ਉਹਨੇ ਬਿਲਾ ਝਿਜਕ ਬਗੈਰ ਸ਼ਰਮਾਣ ਤੋਂ ਬਗੈਰ ਬਿਸੀ ਮਹਿਸੂਸ ਕਰਨ ਤੋਂ ਜਿਹਨੇ ਪਾਣੀ ਕੱਢਿਆ, ਕੱਢ ਕੇ ਅਤੇ ਹੁਣ ਉਹ ਜਨਾਬੇ ਵਾਲੀ ਤੁਸੀਂ ਜਿਹੜਾ ਨਾ ਉਹ ਕਚਰਾ ਪਿਆ ਇੱਥੇ ਉਹ ਕਚਰੇ ਨੂੰ ਅੱਗੇ ਗੱਡੀ ਹੈ, ਗੱਡੀ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਦਾ ਵਾਂ ਕਿ ਉਹ ਇਸੇ ਚੀਜ਼ ਨੂੰ ਜਿਹੜਾ ਨਾ ਜੀ ਲੈ ਕੇ ਅੱਗੇ ਜਾ ਰਿਹਾ, ਠੀਕ ਹੈ। ਅਤੇ ਇਹ ਵੇਖੋ ਜੀ, ਠੀਕ ਹੈ, ਇਹ ਜਨਾਬ ਜਿਹੜਾ ਕਚਰਾ ਨੀਚੇ ਗਿਰਿਆ, ਕਿਤੇ ਕਚਰਾ ਤੁਹਾਨੂੰ ਨੀਚੇ ਗਿਰਿਆ ਨਹੀਂ ਮਿਲੇਗਾ, ਠੀਕ ਹੈ। ਇਸ ਤਰ੍ਹਾਂ ਦੇ ਤੁਹਾਨੂੰ ਮਿਲਣਗੇ ਬੈਗ ਮਿਲਣਗੇ, ਉਹ ਬੈਗ ਜਿਹੜੇ ਨਾ ਜੀ ਉਹ ਰਾਤ ਨੂੰ ਬਾਹਰ ਉਹ ਕੱਢ ਕੇ ਰੱਖਦੇ ਨੇ ਫੁੱਟਪਾਥਾਂ 'ਤੇ, ਫਿਰ ਇਹ ਆਉਂਦੇ ਨੇ ਗੱਡੀਆਂ ਵਾਲੇ ਕਚਰੇ ਵਾਲੇ ਇਹ ਲੈਂਦੇ ਨੇ ਅਤੇ ਲੈ ਕੇ ਚਲੇ ਜਾਂਦੇ ਨੇ, ਠੀਕ ਹੈ ਜੀ। ਇਹ ਭਾਈ ਸਾਹਿਬ ਮੈਨੂੰ ਵੇਖ ਰਹੇ ਨੇ ਕਿ ਮੈਂ ਇਹਦੀ ਵੀਡੀਓ ਬਣਾ ਰਿਹਾ ਵਾਂ, ਲੇਕਿਨ ਉਹਨਾਂ ਨੇ ਬਿਲਕੁਲ ਵੀ ਮੈਨੂੰ ਨਹੀਂ, ਮੇਰੇ ਨਾਲ ਕੋਈ ਐਸਾ ਗੱਲ ਨਹੀਂ ਕੀਤੀ, ਨਾ ਉਹਨਾਂ ਨੇ ਖੁਦ ਮੈਨੂੰ ਮਹਿਸੂਸ ਕਰਾਇਆ। ਅਤੇ ਉਹ ਗੱਡੀ 'ਚ ਬਹਿ ਗਏ ਨੇ ਅਤੇ ਜੀ ਹੁਣ ਚੱਲੇ ਨੇ ਆਪਣੇ ਸਫ਼ਰ ਦੀ ਤਰਫ, ਅਤੇ ਅਸੀਂ ਵੀ ਤੁਹਾਨੂੰ ਅੱਲਾ ਹਾਫਿਜ਼, ਬਾਏ ਬਾਏ। ਅਤੇ ਸੁਬਾਹ ਇਨਸ਼ਾਅੱਲਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਨਾਬ ਲੈਂਦੇ ਹਾਂ, ਪਰਸੋਂ ਸੋਰੀ, ਅਤੇ ਉਹ ਤੁਹਾਨੂੰ ਸਾਰਾ ਵਿਊ ਕਰਾਉਂਦੇ ਹਾਂ ਬੀਚ ਦਾ। ਅੱਲਾ